ਕਈਆਂ ਨੇ ਕਈਆਂ ਨੇ ਪਰਫੋਰਮ ਵੀ ਕੀਤਾ ਕਿ ਨਹੀਂ ਕਰਵਾਉਂਦੇ ਕਿ ਡਿਗਰੀਆਂ ਏ ਗ੍ਰੇਡ ਚਲੇਂਦੇ ਨੇ ਕਿ ਬੀ ਗ੍ਰੇਡ ਚਲੇਂਦੇ ਕਿ ਵੀ ਆਪਾਂ ਥੋੜੀ ਮੋਟੀ ਜਿੰਨੀ ਜੈਸੀ ਵੀ ਕਰਦੇ ਹਾਂ ਕਿਉਂਕਿ ਆਪਾਂ ਨੂੰ ਜਿਹੜੇ ਸਾਡੇ ਪੁਰਾਣੇ ਵਿਦਿਆਰਥੀ ਨੂੰ ਸਾਨੂੰ ਸਿੱਖਣ ਨੂੰ ਮਿਲਦਾ ਜੀ ਸਾਡੇ ਪੁਰਾਣੇ ਸਟੂਡੈਂਟ ਨੇ ਕਹਿੰਦੇ ਨੇ ਲੱਕ ਕਰ ਲਏ ਸਹਿ ਸੁਤਰਾ ਕੀਆਂ ਗੱਲਾਂ ਸੱਚ ਸਿਆਣਿਆਂ ਦੱਸੀਆਂ ਡਾਢੇ ਰੱਬ ਦਾ ਮਿੱਤਰੋ ਵੱਲੋਂ ਜੋਰੀ ਹੁੰਦੀ ਨਾ ਅਕਲ ਸ਼ਕਲ ਤੇ ਕਿਸਮਤ ਦੀ ਕਦੇ ਚੋਰੀ ਹੁੰਦੀ ਨਾ ਤੇ ਜਿਹਨੂੰ ਜੋ ਮਿਲ ਗਈ ਉਹ ਮਿਲ ਕੇ ਰਹਿਣੀ ਆ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੈਸੀ ਕਰਨੀ ਛੱਡ ਦਿਓ ਮਿਹਨਤ ਕਰਨੀ ਸ਼ੁਰੂ ਕਰ ਦਿਓ ਤੁਸੀਂ ਆਪੇ ਮੰਜ਼ਿਲ ਤੇ ਪਹੁੰਚੋਗੇ ਥੋੜੀ ਜਿਹੀ ਗੱਲ ਸੁਣਾਉਣ ਲੱਗਿਆ ਤੇ ਉਸ ਤੋਂ ਬਾਅਦ ਤੁਹਾਡੀ ਹੋਰ ਮਸ਼ਾਂ ਪੂਰੇ ਹੋਣਗੇ ਸਮਾਂ ਆਪਣੀ ਚਾਲੇ ਜਾਏ ਆਏ ਇਹਨੇ ਕਿਸੇ ਦੇ ਰੁਕਿਆ ਰੁਕਣਾ ਨਹੀਂ ਕਰ ਲੋ ਕਿ ਅਸੀਂ ਮਾਂ ਸਮਾਂ ਜਾਦੇ ਹੋ ਜਾਣਾ ਮੈਨੂੰ ਪਹਿਲਾਂ ਮੌਕਾ ਦੇ ਦੇ ਸਮੇਂ ਦੇ ਤਾਂ ਸਮਝਣੀ ਚਾਹੀਦੀ ਆਪਾਂ ਜ਼ਿੰਦਗੀ ਚ ਹੋਰ ਚੀਜ਼ਾਂ ਨੂੰ ਐਵੇਂ ਨੂੰ ਦਿਨ ਦੀ ਬੜੀ